ਰਿਸ਼ਵਤਖੋਰੀ ਨੂੰ ਉਦੋਂ ਹੀ ਜੜੋਂ ਪੁੱਟਿਆ ਜਾ ਸਕਦਾ ਹੈ ਜਦੋਂ ਆਮ ਜਨਤਾ ਤਹਿ ਦਿਲੋਂ ਇਸ ਨੂੰ ਪੂਰਨ ਰੂਪ ਵਿੱਚ ਖਤਮ ਕਰਨ ਦੀ ਠਾਨ ਲਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ SSP ਵਿਜੀਲੈਂਸ ਡਾਕਟਰ ਨਰਿੰਦਰ ਪਾਗਵਾਨ ਭਾਰਗਵ ਨੇ ਅੱਜ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਭ੍ਰਿਸ਼ਟਾਚਾਰ ਰੁਕੋ ਜਾਗਰੂਕਤਾ ਹਫ਼ਤੇ ਤਹਿਤ ਮਨਾਏ ਗਏ ਸੈਮੀਨਾਰ ਦੌਰਾਨ ਕੀਤਾ। ਜ਼ਿਲ੍ਹਾ ਰੈੱਡ ਕਰਾਸ ਦੇ ਹਾਲ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾਕਟਰ ਭਾਰਗਵ ਨੇ ਦੱਸਿਆ ਕਿ ਉਹ ਅੱਜ ਉਚੇਚੇ ਤੌਰ 'ਤੇ DGP ਸਿਧਾਰਥ ਚਟੋਪਾਧਿਆਏ ਦੇ ਕਹੇ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਾਸੀਆਂ ਨੂੰ ਇਹ ਸੁਨੇਹਾ ਦੇਣ ਪਹੁੰਚੇ ਹਨ ਕਿ ਕਿਸੇ ਵੀ ਸਰਕਾਰੀ ਰਿਸ਼ਵਤਖੋਰ ਕਰਮਚਾਰੀ ਅਧਿਕਾਰੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਆਪਣੇ ਵਿਭਾਗ ਦੇ ਨੁਮਾਇੰਦਿਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਮੁਕੰਮਲ ਕੀਤਾ ਜਾਣਾ ਲਾਜ਼ਮੀ ਹੈ। जनहितैषी TRP नहीं खरीदते, भरोसा जीतते हैं हम। सर की कहना चाहोगे आज जागरूक भ्रिष्टाचार जागरूक हफ्ता रुक दिवस मनाया गया था? ये भारत के 75वें आज़ादी के साल के विच ईमानदारी नाल स्वय निरपरता दे लोगों नाल ये अवेयरनैस वीक मनाया जा रहा विजिलेंस 26 अक्टूबर तो लैके 1 नवंबर तक। ਪੰਜਾਬ ਸਰਕਾਰ ਦੀ ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਜੀ ਚੰਨੀ ਅਤੇ ਸਾਡੇ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਸ਼੍ਰੀ ਸਰਦਾਰ ਚਟੋਪਾਧਿਆ ਜੀ ਦੀ ਹਦਾਇਤ 'ਤੇ ਅਸੀਂ ਲੋਕਾਂ ਦੇ ਵਿੱਚ ਆਏ ਹਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਭ੍ਰਿਸ਼ਟਾਚਾਰ ਨੂੰ ਰੋਕਿਆ ਜਾਵੇ, ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਕੇ ਉਹਦੇ ਖਿਲਾਫ਼ ਕਾਰਵਾਈ ਕਰਵਾਈ ਜਾਵੇ। ਅਤੇ ਆਫਿਸ ਦਾ ਆਫਿਸ ਦੇ ਬਾਹਰ ਵੀ ਲਗਾਏ ਜਾ ਰਹੇ ਆ ਬੋਰਡ ਵਗੈਰਾ? ਇਹ ਪਹਿਲਾਂ ਵੀ ਲੱਗਦੇ ਨੇ, ਜੇ ਕਿਤੇ ਵੀ ਨਹੀਂ ਹੋਊਗਾ ਤਾਂ ਦੁਬਾਰਾ ਲਗਾਇਆ ਜਾਏ। ਸਰ ਇਹ ਕਿੱਦਾਂ ਤੁਹਾਡੇ ਤੱਕ ਅਪਰੋਚ ਕਰ ਰਹੇ ਜੋ ਆਮ ਲੋਕ ਆ? ਹਰ ਤਰੀਕੇ ਜਿਵੇਂ ਵੀ ਕਿਸੇ ਸ਼ਿਕਾਇਤ ਨੂੰ ਕੀਤਾ ਜਾ ਸਕਦਾ ਕਿਸੇ ਵੀ ਦਫ਼ਤਰ 'ਚ, ਉਸੇ ਤਰੀਕੇ ਸਾਡਾ ਵੀ ਹੈ। ਸਾਡੇ ਕੋਲ ਬਜ਼ਰੀਆ ਟੈਲੀਫੋਨ ਵੀ ਆਉਂਦੀ ਹੈ, ਬਜ਼ਰੀਆ ਡਾਕ ਵੀ ਆਉਂਦੀ ਹੈ, ਬਜ਼ਰੀਆ ਮੇਲ ਵੀ ਆਉਂਦੀ ਹੈ। ਹਰ ਤਰੀਕੇ ਜੋ ਵੀ ਸਾਧਨ ਨੇ ਸਾਰੇ ਦੇ ਸਾਧਨ ਖੁੱਲ੍ਹੇ ਨੇ। ਟੈਲੀਫੋਨ ਨੰਬਰ ਅਸੀਂ ਇਹਨਾਂ 'ਤੇ ਲਿਖੇ ਨੇ। ਜਿਸ ਕਿਸੇ ਨੂੰ ਵੀ ਕੋਈ ਉਹ ਕੋਈ ਇਸ ਤਰੀਕੇ ਦੀ ਪ੍ਰੋਬਲਮ ਆਉਂਦੀ ਹੈ ਜਾਂ ਜਿਸ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਉਸ ਮੈਨੂੰ ਵੀ ਦੇ ਸਕਦਾ, DSP ਸਾਹਿਬ ਨੂੰ ਵੀ ਦੇ ਸਕਦਾ, ਸਾਡੇ ਚੀਫ ਡਾਇਰੈਕਟਰ ਸਾਹਿਬ ਦੇ ਦਫ਼ਤਰ ਵੀ ਦੇ ਸਕਦਾ, ਮੁੱਖ ਦਫ਼ਤਰ 'ਚ ਵੀ। ਥੈਂਕ ਯੂ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।